ਸਤਰੀਆਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਚਰਚਾ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਜਾਨੀ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਦੀ ਭ੍ਰਿਸ਼ਟਾਚਾਰ ਬਾਰੇ ਕ੍ਰਪਸ਼ਨ ਬਾਰੇ 도ਗਲੀ ਨੀਤੀ ਸਾਹਮਣੇ ਆਈ ਹੈ ਔਰ ਤੁਸੀਂ ਇਸ ਗੱਲ ਤੇ ਤੁਹਾਨੂੰ ਹੈਰਾਨਗੀ ਵੀ ਹੋਏਗੀ ਕਿ ਸਰਕਾਰ ਕਹਿੰਦੀ ਹੈ ਕਿ ਇਹ ਸਾਡਾ ਪਾਲਿਸੀ ਮੈਟਰ ਹੈ ਕਿ ਅਸੀਂ ਆਈਐਸ ਸਬਸਤਰਾ ਵਿਰੁੱਧ ਕ੍ਰਪਸ਼ਨ ਦੇ ਕੇਸ ਦੀ ਇਨਵੈਸਟੀਗੇਸ਼ਨ ਕਰਨ ਜਾਂ ਉਹਨਾਂ 'ਪੋਰ' ਜੋ ਕੇਸ ਦੀ ਇਨਵੈਸਟੀਗੇਸ਼ਨ ਦੌਰਾਨ ਜੋ ਭ੍ਰਿਸ਼ਟਾਚਾਰ ਬਾਰੇ ਕੁਝ ਲੱਭੇ ਜਾਏ ਉਹਦੇ ਉੱਪਰ ਕੇਸ ਚਲਾਉਣ ਦੀ ਅਸੀਂ ਤੁਹਾਨੂੰ ਆਗਿਆ ਨਹੀਂ ਦੇ ਸਕਦੇ ਤੋਂ ਸੀਬੀਆਈ ਨੇ ਪਰਮਿਸ਼ਨ ਮੰਗੀ ਸੀ ਉਹ ਸੀਬੀਆਈ ਨੇ ਦੋ ਆਈਐਸ ਅਫਸਰਾਂ ਯਾਨੀ ਕਿ ਸੀਨੀਅਰ ਆਈਐਸ ਅਫਸਰਾਂ ਉੱਚ ਅਧਿਕਾਰੀ ਪੰਜਾਬ ਸਰਕਾਰ ਦੇ ਸੈਕਸ਼ਨ 17ਏ ਪ੍ਰिवेंशन ਆਫ ਕ腐ਪਸ਼ਨ ਐਕਟ ਦੀ 1988 ਦੇ ਅਧੀਨ ਉਹਨਾਂ ਨੇ ਇਹ ਮੰਗ ਕੀਤੀ ਕਿ ਦਿੱਲੀ ਵਿੱਚ ਜੋ ਐਕਸਾਈਜ਼ ਸਕੈਮ ਹੋਇਆ ਜੋ ਦਿੱਲੀ ਦਾ ਐਕਸਾਈਜ਼ ਸਕੈਮ ਜਿਹੜਾ ਉਹ ਸਾਰੇ ਹਿੰਦੁਸਤਾਨ ਵਿੱਚ ਸੁਰੱਖਿਆ ਵਿੱਚ ਰਿਹਾ ਉਸ ਨਾਲ ਪੰਜਾਬ ਦੇ ਵੀ ਕਈ ਅਫਸਰ ਸਬੰਧਤ ਹਨ ਜਿਨ੍ਹਾਂ ਦਾ ਉਸ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਹੈ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਐਕਸਾਈਜ਼ ਸਕੈਮ ਵਿੱਚ ਆਲਰੇਡੀ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਧਿਆ ਜੀ ਜੇਲ੍ਹ ਵਿੱਚ ਹਨ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਰਾਜ ਸਭਾ ਸੰਜੇ ਸਿੰਘ ਵਿਰੁੱਧ ਤਾਂ ਦਿੱਲੀ ਐਕਸਾਈਜ਼ ਸਕੈਮ ਦੀ ਚਾਰ ਸ਼ੀਟ ਵੀ 2 ਦਿਨ ਪਹਿਲੇ ਦਿੱਲੀ ਕੋਰਟ 'ਚ ਪੇਸ਼ ਕਰ ਦਿੱਤੀ ਜੀ ਹੁਣ ਇਸ ਕੇਸ ਵਿੱਚ ਜੋ ਪੰਜਾਬ ਦੇ ਆਈਐਸ ਅਫਸਰਾਂ ਦੋ ਮੈਂ ਉਹਨਾਂ ਦੇ ਤੁਹਾਨੂੰ ਨਾਂ ਦੱਸਦਾ ਹਾਂ 1992 ਦੇ ਬੈਚ ਦੇ ਹਨ ਕੇਪੀ ਸਿਨਾ ਇਹ ਸਪੈਸ਼ਲ ਚੀਫ ਸਕੱਟਰੀ ਆਨ ਐਕਸਾਈਜ਼ ਐਂਡ ਐਗਰੀਕਲਚਰ ਔਰ ਇਹਨਾਂ ਦੇ ਨਾਲ ਜੋ ਦੂਸਰੇ ਆਈਐਸ ਅਫਸਰਾਂ ਇਹ 204 ਬੈਚ ਦੇ ਹਨ ਵਰਨ ਰੋਜ਼ਮ ਇਹ ਐਕਸਾਈਜ਼ ਐਂਡ ਸੈਸ਼ਨ ਕਮਿਸ਼ਨਰ ਅਨ ਪੰਜਾਬ ਦੇ ਔਰ ਇਹਨਾਂ ਦੇ ਤੁਹਾਨੂੰ ਇਹ ਦੱਸ ਦਈਏ ਵੀ ਕਰਾਂ ਤੇ ਪਹਿਲੇ 3-4 ਮਹੀਨੇ ਪਹਿਲੇ ਛਾਪੇ ਵੀ ਪਏ ਦਫਤਰਾਂ ਤੇ ਵੀ ਛਾਪੇ ਪਏ ਅਤੇ ਸੀਬੀਆਈ ਨੇ ਕਾਫੀ ਇਹਨਾਂ ਤੋਂ ਰਿਕਾਰਡ ਇਕੱਠਾ ਕਰਕੇ ਲੈ ਗਈ ਜਿਸ ਦੀ ਕਿ ਉਹ ਖੰਗਾਲਦੀ ਰਹੀ ਉਸ ਵਿੱਚੋਂ ਉਹਨਾਂ ਨੂੰ ਕਾਫੀ ਭ੍ਰਿਸ਼ਟਾਚਾਰ ਦੀ ਸਮਭੂਗਰੀ ਮਿਲ ਗਈ ਔਰ ਉਹ ਹੋਣ ਇਹਨਾਂ ਦੀ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹਨ ਜਾਨੀ ਕਿ ਆਮੋ ਸਾਹਮਣੇ ਬੈਠ ਕੇ ਸੀਬੀਆਈ ਦੇ ਜਿਹੜੇ ਇਨਵੈਸਟੀਗੇਸ਼ਨ ਦੇ ਅਧਿਕਾਰੀ ਹਨ ਉਹ ਪੁੱਛਣਾ ਚਾਹੁੰਦੇ ਹਨ ਕਿ ਵੀ ਇਹਨਾਂ ਜੋ ਤੱਥ ਸਾਹਮਣੇ ਆਏ ਹਨ ਪਿਛਤਾ ਝਾਰਦੇ ਉਹਨਾਂ ਦਾ ਜਵਾਬ ਦਿਓ ਵੀ ਉਹ ਕਿਵੇਂ ਸੋ ਪੰਜਾਬ ਸਰਕਾਰ ਤੋਂ ਇਹਨਾਂ ਅਫਸਰਾਂ ਦੀ ਪੁੱਛ ਪੜਤਾਲ ਕਰਨ ਲਈ ਪਰਮਿਸ਼ਨ ਲੈਣੀ ਜ਼ਰੂਰੀ ਹੈ ਤਿੰਨ ਮਹੀਨੇ ਦੀ ਫਾਈਲ ਜੋ ਸੀ ਚੀਫ ਮਿਨਿਸਟਰ ਨੇ ਦਬਾ ਕੇ ਰੱਖੀ ਹੋਈ ਸੀ ਤਿੰਨ ਮਹੀਨੇ ਬਾਅਦ ਉਹਨਾਂ ਨੇ ਫਾਈਲ ਜਿਹੜੀ ਇਹ ਉਹਦੇ ਉੱਤੇ ਜੋ ਇੱਕ ਚਿੱਠੀ ਮਾਰੀ ਸੀਬੀਆਈ ਦੇ ਮੂੰਹ ਤੇ ਤੇ ਉਹ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਅਫਸਰਾਵ ਵਿਰੁੱਧ ਕਿਸੇ ਕਿਸਮ ਦੀ ਵੀ ਇਨਵੈਸਟੀਗੇਸ਼ਨ ਪੜਤਾਲ ਜਾਂ ਹੋਰ ਕੋਈ ਕਾਰਵਾਈ ਕਰਨ ਦੀ ਤੁਹਾਨੂੰ ਪਰਮਿਸ਼ਨ ਨਹੀਂ ਦਿੰਦੇ ਕਿਉਂਕਿ ਇਹ ਸਾਡਾ ਪਾਲਿਸੀ ਮੈਟਰ ਹੈ ਜਾਨੀ ਸਰਕਾਰ ਦਾ ਕਰਪਟ ਅਧਿਕਾਰੀਆਂ ਨੂੰ ਇਨਵੈਸਟੀਗੇਸ਼ਨ ਵਿੱਚ ਨਾ ਸ਼ਾਮਲ ਹੋਣਾ ਇੱਕ ਪਾਲਿਸੀ ਮੈਟਰ ਹੈ ਤੁਸੀਂ ਇਹ ਸੋਚ ਸਕਦੇ ਹੋ ਕਿ ਜਿਸ ਅਫਸਰ ਨੇ ਇਹ ਚਿੱਠੀ ਲਿਖਾਈ ਹੋਏਗੀ ਉਹਨੂੰ ਇਹ ਸਮਝ ਆਇਆ ਹੋਵੇਗਾ ਕਿ ਉਹ ਕੀ ਕਹਿ ਰਿਹਾ ਕੇ ਪੰਜਾਬ ਸਰਕਾਰ ਦੀ ਪਾਲਿਸੀ ਮੈਟਰ ਹੈ ਕਿ ਅਗਰ ਕੋਈ ਆਈਐਸ ਅਫਸਰ ਸੀਨੀਅਰ ਆਈਐਸ ਅਫਸਰ 1 2 ਜਾਂ ਉਸ ਤੋਂ ਵੀ ਵੱਧ ਕਿਸੇ ਕ੍ਰਪਸ਼ਨ ਦੇ ਕੇਸ ਵਿੱਚ ਇਨਵੋਲਡ ਆਨ ਤਾਂ ਪੰਜਾਬ ਸਰਕਾਰ ਦਾ ਇਹ ਪਾਲਿਸੀ ਮੈਟਰ ਕਰ ਲਿਆ ਹੈ ਕਿ ਉਹ ਇਸ ਦੀ ਆਗਿਆ ਨਹੀਂ ਦੇਗਾ ਕ੍ਰਪਸ਼ਨ ਨੂੰ ਇਨਵੈਸਟਿਗੇਟ ਕਰਨ ਦੀ ਇਹ ਜੋ ਪਹਿਲੇ ਦਿਨ ਤੋਂ ਭਗਵੰਤ ਮਾਨ ਜੀ ਨੇ ਜੋ ਕ੍ਰਪਸ਼ਨ ਵਿਰੁੱਧ ਮੁਹਿੰਮ ਚਲਾਈ ਹੈ ਅਤੇ ਕਾਂਗਰਸ ਦੇ ਕਈ ਮੰਤਰੀ ਫੜ ਕੇ ਅੰਦਰ ਕੀ ਧਿਆਨ ਅੱਧੀ ਦਰਜਨ ਤੋਂ ਬਾਅਦ ਅਤੇ ਕਈ ਹੋਰ ਜਾਨੀ ਅਫਸਰ ਜੋ ਆਈਐਸ ਅਫਸਰ ਨਹੀਂ ਹਨ ਉਹਨਾਂ ਨੂੰ ਵੀ ਜੇਲ੍ਹਾਂ ਚ ਭੇਜਿਆ ਹੋਰ ਕੇਸ ਹੈ ਉਹਦਾ ਸਬੰਧ ਮੈਂ ਤੁਹਾਨੂੰ ਬਾਅਦ ਦੱਸਦਾ ਉਹਦਾ ਸਬੰਧ ਪੰਜਾਬ ਸਟੇਟ ਇੰਡਸਟਰੀਅਲ ਡਵੈਲਪਮੈਂਟ ਕਾਰਪੋਰੇਸ਼ਨ ਨਾਲ ਹੈ ਉਹਦੇ 6 ਅਫਸਰ ਜੇਲ੍ਹ ਵਿੱਚ ਫੜ ਕੇ ਬੰਦ ਕਰਤੇ ਸੋ ਇਹ ਕੇਸ ਹੈ ਕਿ ਇਹ ਕੇਸ ਹੈ ਕਿ ਜਦੋਂ ਮਨੀਸ਼ ਸ਼ੋਧਿਆ ਜੀ ਦੇ ਘਰ ਦਿੱਲੀ ਮੀਟਿੰਗਾਂ ਹੁੰਦੀਆਂ ਸੀ ਤੇ ਪੰਜਾਬ ਸਰਕਾਰ ਦੇ ਅਫਸਰ ਦਿੱਲੀ ਦੀ ਐਕਸਾਈਜ਼ ਪਾਲਸੀ ਬਣਾਉਣ ਅਤੇ ਪੰਜਾਬ ਦੀ ਐਕਸਾਈਜ਼ ਪਾਲਸੀ ਨੂੰ ਜੋ ਰੰਗ ਰੂਪ ਦੇਣਾ ਸੀ ਉਹਦੇ ਵਿੱਚ ਯਾਨੀ ਉਸ ਲਈ ਮਨੀਸ਼ ਸ਼ਿਸ਼ੋਧਿਆ ਜੀ ਦੇ ਦਫਤਰ ਵਿੱਚ ਜਾਂ ਉਹਨਾਂ ਦੇ ਘਰ ਵਿੱਚ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ ਉਹਨਾਂ ਵਿੱਚ ਉਹ ਸਰਕਾਰ ਦੇ ਹੁਕਮਾਂ ਮੁਤਾਬਕ ਜਾ ਕੇ ਹਿੱਸਾ ਲੈਂਦੇ ਰਹੇ ਅਤੇ ਸਰਕਾਰ ਦੀਆਂ ਪੰਜਾਬ ਦੀ ਐਕਸਾਈਜ਼ ਪਾਲਸੀ ਦੀਆਂ ਜੋ ਫਾਈਲਾਂ ਪੂਲੀਆਂ ਸੀ ਉਹ ਵੀ ਦੋਸ਼ ਲਾਇਆ ਜਾਂਦਾ ਹੈ ਕਿ ਮਨੀਸ਼ ਸ਼ੋਧੀਆਂ ਜਿਨ੍ਹਾਂ ਨੂੰ ਕਿ ਇਹ ਅਧਿਕਾਰ ਨਹੀਂ ਸੀ ਇਹ ਫਾਈਲਾਂ ਦੇਖ ਸਕਣ ਸ਼ਾਇਦ ਉਹਨਾਂ ਨੂੰ ਉਹ ਫਾਈਲਾਂ ਵੀ ਦਿਖਾਉਂਦੇ ਰਹੇ ਮੈਨੂੰ ਤੁਸੀਂ ਇਹ ਦੇਖ ਸਕਦੇ ਹੋ ਕਿ ਸਿਰਫ ਇਹ ਨਹੀਂ ਕਿ ਇਹਦੇ ਵਿੱਚ ਪੈਸਾ ਲੈਣ ਦੇਣ ਦੀ ਕ腐ਸ਼ਨ ਦੇ ਦੋਸ਼ ਹਨ ਇਹਦੇ ਵਿੱਚ ਇਹ ਬੜੀ ਸੀਰੀਅਸ ਇੱਕ ਦੋਸ਼ ਹੈ ਕਿ ਤੁਸੀਂ ਪੰਜਾਬ ਸਰਕਾਰ ਦੀਆਂ ਫਾਈਲਾਂ ਇੱਕ ਉਹ ਵਿਅਕਤੀ ਨੂੰ ਦਿਖਾ ਰਹੇ ਹੋ ਚਾਹੇ ਉਹ ਭਾਵੇਂ ਡਿਪਟੀ ਚੀਫ ਮਿਨਿਸਟਰ ਹੋਵੇ ਮਿਨਿਸਟਰ ਹੋਵੇ ਚੀਫ ਮਿਨਿਸਟਰ ਹੋਵੇ ਦੂਸਰੇ ਪ੍ਰਾਂ ਦਾ ਜਿਸ ਦਾ ਪੰਜਾਬ ਦੀਆਂ ਸੀਕ੍ਰੀਟ ਫਾਈਲਾਂ ਨਾਲ ਕੋਈ ਸਬੰਧ ਨਹੀਂ ਮੁਨੀ ਦੇ ਵਿੱਚ ਜੋ ਜਾਇੰਟ ਕਮਿਸ਼ਨਰ ਸੀ ਐਕਸਾਈਜ਼ ਦੇ ਨਰੇਸ਼ ਦੂਬੇ ਅਤੇ 10 ਹੋਰ ਅਫਸਰ ਹੈਗੇ ਪੰਜਾਬ ਦੇ ਜਿਨ੍ਹਾਂ ਨੂੰ ਨਾਨ ਆਈਐਸ ਅਫਸਰ ਬਟ ਗਸਟਟ ਆਫੀਸਰ ਜਿਨ੍ਹਾਂ ਨੂੰ ਕਿ ਥੀਬੀਆਈ ਨੇ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਹੋਣ ਲਈ ਕਿਹਾ ਤੇ ਦਿੱਲੀ ਐਕਸਾਈਜ਼ ਪਾਲਸੀ ਜਦੋਂ ਬਣ ਰਹੀ ਸੀ ਇਹ ਲੋਗ ਸਰਕਾਰ ਦੇ ਹੁਕਮਾਂ ਨਾਲ ਉੱਥੇ ਜਾਂਦੇ ਸੀ ਅਫਸਰਾਂ ਨੇ ਤੇ ਜਾਣਾ ਹੁੰਦਾ ਅਫਸਰਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਉਹਨਾਂ ਦਾ ਮਿਨਿਸਟਰ ਜਿੱਥੇ ਕਹੇਗਾ ਉਹਨਾਂ ਨੇ ਉਹਦੀ ਆਗਿਆ ਮੰਨ ਕੇ ਜਾਣਾ ਸੋ ਅੰਡਰ ਸੈਕਸ਼ਨ 160 ਆਫ ਸੀ ਆਰ ਪੀ ਸੀ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ 10 ਅਫਸਰਾਂ ਇਹ ਰਿਕਾਰਡ ਸੀਬੀਆਈ ਨਾਲ ਸ਼ੇਅਰ ਕਰਨ ਇਹਨਾਂ ਨੇ ਆਪਣੀਆਂ ਪਦਵੀ ਦੀ ਜ਼ਿੰਮੇਵਾਰੀਆਂ ਸਮੇਂ ਜੋ ਕਾਲੇ ਮਾਲ ਦੇ ਦੋਸ਼ਾਂ ਆਕਸਾਈਡ ਪਾਲਸੀ ਸੰਬੰਧੀ ਉਹਨਾਂ ਬਾਰੇ ਆਪਣੇ ਜਿਹੜੇ ਤੱਥ ਸਾਹਮਣੇ ਰੱਖਣ ਆਪਣਾ ਫੈਕਟ ਸਾਹਮਣੇ ਰੱਖਣ ਆਪਣੇ ਜੋ ਉਹਨਾਂ ਦਾ ਵਿਚਾਰ ਹੈ ਵਰਸ਼ਨ ਹੈ ਉਹ ਕੀ ਇਸ ਤਰ੍ਹਾਂ ਕਹਿਣਾ ਚਾਹੁੰਦੇ ਹਨ ਉਹ ਸੀਬੀਆਈ ਨੂੰ ਦੱਸਣ ਇਹ ਬੜਾ ਗੰਭੀਰ ਕੇਸ ਹੈ ਕਿਉਂਕਿ ਇਸ ਕੇਸ ਵਿੱਚ ਤੁਹਾਨੂੰ ਮੈਂ ਜਿਵੇਂ ਉੱਪਰ ਦੱਸਿਆ ਡਿਪਟੀ ਚੀਫ ਮਿਨਿਸਟਰ ਦਿੱਲੀ ਦੇ ਮਨੀਸ਼ ਤੋਦਿਆ ਜੀ ਜੇਲ ਚ ਹਨ ਤਾਂ ਰਾਜ ਸਭਾ ਮੈਂਬਰ ਸੰਜੀਵ ਸਿੰਘ ਗੁਰੂ ਦੋ ਦਿਨ ਪਹਿਲੇ ਕੋਰਟ ਚ ਚਾਰ ਸ਼ੀਟ ਦੀ ਪੇਸ਼ ਕਰਤੀ ਆ ਉਹ ਇਸੇ ਐਕਸਾਈਜ਼ ਪਾਲਿਸੀਸ ਬੰਦੀ ਹੈ ਦਿੱਲੀ ਦੀ ਉਹਨਾਂ ਨੂੰ ਉਸ ਦਾ ਮੁੱਖ ਦੋਸ਼ੀ ਠਰੋਂ ਦਾ ਜਿਹੜਾ ਦੋਸ਼ ਲਾਇਆ ਗਿਆ ਕਿ ਹੁਣ ਸਵਾਲ ਇਹ ਹੈ ਕਿ ਬੇ ਜਦ ਤੁਸੀਂ ਹੋਰਾਂ ਅਫਸਰਾਂ ਨੂੰ ਅਰੈਸਟ ਕਰਨ ਦੀ ਪਰਮਿਸ਼ਨ ਦੇਂਦੇ ਹੋ ਤਾਂ ਇਹ ਆਈਐਸ ਅਫਸਰਾਂ ਨੂੰ ਕਿਉਂ ਵਿਸ਼ੇਸ਼ ਛੋਟ ਦਿੱਤੀ ਹੈ ਜੇਕਰ ਉਹ ਕ੍ਰਾਪਸ਼ਨ ਚ ਇਨਵੋਲਡ ਹਨ ਜੇ ਉਹਨਾਂ ਨੇ ਕ੍ਰਾਪਸ਼ਨ ਨਹੀਂ ਕੀਤੀ ਤੇ ਉਹ ਕੇਸ ਕਲੀਅਰ ਹੋ ਜਾਏਗਾ ਜੇ ਉਹਨਾਂ ਨੂੰ ਦਿੱਲੀ ਭੇਜਿਆ ਤਾਂ ਪੰਜਾਬ ਸਰਕਾਰ ਨੇ ਭੇਜਿਆ ਉਹ ਆਪਣੀ ਮਰਜ਼ੀ ਨਾਲ ਤੇ ਗਏ ਨਹੀਂ ਤਾਂ ਜੇ ਉਹ ਫਾਈਲਾਂ ਵੀ ਲੈ ਕੇ ਗਏ ਐਕਸਾਈਡ ਡਿਪਾਰਟਮੈਂਟ ਦੀਆਂ ਜਿਹੜੀਆਂ ਕਿ ਉਹਨਾਂ ਦੀਆਂ ਫੋਟੋ ਕਾਪੀਆਂ ਆਲਰੇਡੀ ਸੀਬੀਆਈ ਲੈ ਚੁੱਕੀ ਹੈ ਰਿਕਾਰਡ ਕਾਫੀ ਲੈ ਚੁੱਕੀ ਹੈ ਉਹਨਾਂ ਕੋਲ ਕਬਜ਼ੇ ਚ ਕਾਫੀ ਰਿਕਾਰਡ ਹੈ ਤਾਂ ਇਹ ਅਫਸਰ ਆਪਣਾ ਸਪਸ਼ਟ ਬਿਆਨ ਦੇਣ ਕੇ ਵੀ ਉਹ ਉਥੇ ਗਏ ਸੀ ਤੇ ਉਹਨਾਂ ਨੂੰ ਉਹਨਾਂ ਦੇ ਮੰਤਰੀ ਨੇ ਭੇਜਿਆ ਸੀ ਜੋ ਐਕਸਾਈਜ਼ ਮਨਿਸਟਰ ਹੈ ਉਹਦੇ ਕਹਨ ਤੇ ਗਏ ਜਾਂ ਚੀਫ ਸਕੱਟਰੀ ਦੇ ਕਹਨ ਤੇ ਗਏ ਉਸ ਵੇਲੇ ਜੰਜੂਆ ਸਾਹਿਬ ਚੀਫ ਸਕੱਟਰੀ ਸੀਗੇ ਹੁਣ ਇੱਥੇ ਗੱਲ ਇਸ ਕੇਸ ਦੀ ਕਰਪਸ਼ਨ ਤੋਂ ਬਾਅਦ ਮੈਂ ਅਗਲੀ ਜਿਹੜੀ ਗੱਲ ਤੁਹਾਨੂੰ ਦੱਸਦਾ ਕਿ ਪਹਿਲਾਂ ਵੀ ਇਹ ਹੋ ਚੁੱਕਾ ਹੈ ਕਿ ਆਈਐਸ ਅਫਸਰ ਹੈ 208 ਬੈਚ ਦੀ ਨਲੀਮਾ ਜੀ ਇਹ ਪੰਜਾਬ ਸਟੇਟ ਇੰਡਸਟਰੀਅਲ ਡਵੈਲਪਮੈਂਟ ਕਾਰਪੋਰੇਸ਼ਨ ਦੀ ਐਮ ਡੀ ਸਨ ਔਰ ਇਹਨਾਂ ਦੇ ਹੁੰਦਿਆਂ ਹੋਇਆਂ ਜੋ 125 ਪਲਾਟ ਕੱਟੇ ਗਏ ਉਹ ਪਲਾਟ ਜਿਹੜੇ ਸੀਗੇ ਇੰਡਸਟਰੀਅਲ ਪਲਾਟ ਸੀਗਾ ਉਦੇ ਪਲਾਟ ਨਹੀਂ ਸੀ ਕੱਟੇ ਜਾ ਸਕਦੇ ਔਰ ਮੈਂ ਇਹਦੇ ਵਿੱਚ ਤੁਹਾਨੂੰ ਇਹ ਦੱਸਾਂ ਕਿ ਇਸ ਕੇਸ ਵਿੱਚ ਜੋ ਮੰਤਰੀ ਸੀ ਸੁੰਦਰ ਸ਼ਾਮ अरोड़ा ਜੀ ਉਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ ਇਸ ਕੇਸ ਦੀ ਇਨਵੈਸਟੀਗੇਸ਼ਨ ਕਿਉਂਕਿ ਇਹ ਕੇਸ ਬੜਾ ਸਾਫ ਕੇਸ ਹੈ ਔਰ ਇਸ ਕੇਸ ਵਿੱਚ ਜੋ ਭ੍ਰਿਸ਼ਟਾਚਾਰ ਹੋਇਆ ਤੁਹਾਡੇ ਸਾਹਮਣੇ ਹੈ ਮੈਂ ਤੁਹਾਨੂੰ ਇਹ ਦੱਸਦਾ ਕਿ ਮਾਰਚ 2021 ਦਾ ਕੇਸ ਹੈ ਔਰ 125 ਪਲਾਟ ਕੱਟੇ ਗਏ ਔਰ ਆਪ ਸਰਕਾਰ ਨੂੰ 600 ਤੋਂ 700 ਕਰੋੜ ਤੱਕ ਦਾ ਨੁਕਸਾਨ ਹੋਇਆ ਦੱਸਿਆ ਜਾਂਦਾ ਇਹ ਦੋਸ਼ ਲੱਗੇ ਹੋਣ ਉਹਦਾ ਕਾਰਨ ਇਹ ਸੀ ਕਿ ਜਿਹੜੀ ਐਪਲੀਕੇਸ਼ਨ ਦੇਤੀ ਕੰਪਨੀ ਨੇ ਕਿ ਉਹ ਇਸ ਦੇ ਪਲਾਟ ਕਟਣਾ ਚਾਹੁੰਦੇ ਉਹ ਜਿਹੜੀ ਕੰਪਨੀ ਦਾ ਮਾਲਕ ਸੀਗਾ ਉਸ ਨੇ ਆਪਣੇ ਆਪ ਉਹਦੇ ਨਾਲ 27 ਲੱਖ 83000 ਦੀ ਫੀਸ ਲਾਤੀ ਕਨਵਰਸ਼ਨ ਕਿਸ ਵਿਧਾਰ ਤੇ ਲਗਾਈ ਕਿਸ ਬੇਸ ਤੇ ਲਾਈ ਉਹਦੇ ਤੋਂ ਕਿਸੇ ਨੇ ਮੰਗੀ ਨਹੀਂ ਸੀ ਕਿ ਵੀ ਤੁਸੀਂ ਇੰਨੀ ਸਾਨੂੰ ਕਨਵਰਸ਼ਨ ਫੀਸ ਦਿਓ ਤੇ ਅਸੀਂ ਇੰਡਸਟਰੀਅਲ ਪਲਾਟ ਨੂੰ ਰੈ residențial ਪਲਾਟਸ ਕਨਵਰਟ ਕਰ ਦਿਆਂਗੇ ਯਾਨੀ ਕਿ ਰੈ residențial ਕਲੋਨੀ ਬਣਾ ਦੇਾਂਗੇ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਉਸ ਦੀ ਐਪਲੀਕੇਸ਼ਨ ਮਨਜ਼ੂਰ ਕੀਤੀ ਗਈ ਉਹ ਨਲੀਮਾ ਜੀ ਜੋ ਐਮ ਡੀ ਸੀਗੀ ਉਹਨਾਂ ਨੇ ਉਹ ਉਹਨਾਂ ਦੇ ਬੜੇ ਥੋੜੇ ਸਮੇਂ ਚ ਪਲਾਟ ਕਟਣ ਦੀ ਉਹਨਾਂ ਨੂੰ ਐਨਓਸੀ ਦੇ ਦਿੱਤਾ ਹੁਣ ਸਵਾਲ ਇਹ ਹੈ ਕਿ ਜੋ ਐਨਓਸੀ ਦਿੱਤਾ ਗਿਆ ਬਾਅਦ ਵਿੱਚ ਜਦੋਂ ਇਹ ਕੇਸ ਜਨਤਕ ਹੋ ਗਿਆ ਕਿ ਬੜੀ ਵੱਡੀ ਕ腐ਸ਼ਨ ਕੀਤੀ ਗਈ ਹੈ ਆਈਐਸ ਅਫਸਰ ਵੱਲੋਂ ਉਹਦੇ ਤੇ ਦੋਸ਼ ਲੱਗੇ ਨਲੀਮਾ ਜੀ ਤੇ ਉਹਨਾਂ ਨੂੰ ਰਾਤੋ ਰਾਤ ਉਹਨਾਂ ਨੇ ਉਹ ਜਿਹੜੀ ਸੀਗੀ ਉਹਦੇ ਵਿੱਚ ਐਨਓਸੀ ਦੇਣ ਲਈ ਜਿਹੜਾ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ ਸੀ ਉਹ ਤਿਆਰ ਕੀਤਾ ਗਿਆ ਸੀ ਇਸ ਕੇਸ ਨੂੰ ਨੇਪਰੇ ਚੜਾਉਣ ਲਈ ਇੱਕ ਕਮੇਟੀ ਬਣਾਈ ਗਈ ਸੀ ਕਿ ਇਸ ਦੀ ਕਨਵਰਸ਼ਨ ਕਰਨ ਦੀ ਐਨਓਸੀ ਦੇਣੀ ਹੈ ਤੇ ਉਹਦੀਆਂ ਜਿਹੜੀਆਂ ਕਮੇਟੀ ਦੀਆਂ ਪ੍ਰੋਸੀਡਿੰਗਸ ਹੀਗੀਆਂ ਉਸ ਦੇ ਦੋ ਸਫੇ ਬਦਲ ਦਿੱਤੇ ਗਏ। ਔਰ ਉਹ ਜੋ ਸਫੇ ਐ ਫੋਰੈਂਸਿਕ ਲਵਾਰਡਰੀ ਨੇ ਦੱਸਿਆ ਕਿ ਬਾਅਦ ਵਿੱਚ ਇਹਦੇ ਵਿੱਚ ਲਗਾਏਗੇ ਜਿਹੜਾ ਫੈਸਲਾ ਕਮੇਟੀ ਨੇ ਕੀਤਾ ਗਿਆ ਸੀ ਉਸ ਨੂੰ ਅਧਿਕਾਰੀ ਨੇ ਬਦਲ ਰਿਆ ਇਹ ਫਾਈਲ ਨੂੰ ਬਦਲਣ ਦਾ ਅਧਿਕਾਰ ਜੋ ਸੀਗਾ ਕਿਸੇ ਕੋਲ ਨਹੀਂ ਸੀਗਾ ਕਿਉਂਕਿ ਉਹ ਕਮੇਟੀ ਦੀ ਮੀਟਿੰਗ ਇਸ ਫੈਸਲਾ ਹੋਇਆ ਸੀ ਪਰ ਆਈਐਸ ਅਫਸਰ ਨਲੀਮਾ ਜੀ ਨੇ ਆਪ ਖੁਦ ਇਹ ਕੰਮ ਕੀਤਾ ਤੁਹਾਨੂੰ ਇਹ ਬਤਾਉਣਾ ਚਾਹੀਦਾ ਕੋਈ ਵੀ ਆਈਐਸ ਅਫਸਰ ਗਲਤ ਕੰਮ ਨਹੀਂ ਕਰਦਾ ਜਿੰਨੀ ਦੇਰ ਉਹਦਾ ਕੋਈ ਵੈਸਟਡ ਇੰਟਰਸਟ ਨਾ ਹੋਵੇ ਤਾਂ ਇਹਦੇ ਵਿੱਚ ਨਲੀਮਾ ਜੀ ਦਾ ਕੀ ਵੈਸਟਡ ਇੰਟਰਸਟ ਸੀਗਾ ਉਹ ਤਾਂ ਵਿਜੀਲੈਂਸ ਨੇ ਉਹਨਾਂ ਦੇ ਵਿਰੁੱਧ ਐਫਆਈਆਰ ਹੀ ਦਰਜ ਕਰਤੀ ਪੰਜਾਬ ਵਿਜੀਲੈਂਸ ਨੇ ਕੀਤੀ ਪੰਜਾਬ ਵਿਜੀਲੈਂਸ ਵੀ ਸਰਕਾਰ ਦਾ ਹੀ ਡਿਪਾਰਟਮੈਂਟ ਹੈ ਨਲੀਮਾ ਜੀ ਦੇ ਨਾਲ ਦਸ ਹੋਰ ਅਫਸਰਾਂ ਦੇ ਅਗੇਂਸਟ ਵੀ ਦਰਜ ਹੋਈ ਐਫਆਈਆਰ ਪਰ ਇਹਨਾਂ ਨੂੰ ਆਈਐਸਾ ਹੌਣ ਕਰਕੇ ਇਹਨਾਂ ਨੂੰ ਨਹੀਂ ਅਰੈਸਟ ਕੀਤਾ ਗਿਆ ਬਾਕੀ 6 ਅਫਸਰਾਂ ਨੂੰ ਅਰੈਸਟ ਕੀਤਾ ਗਿਆ ਜਲੀਲ ਕੀਤਾ ਗਿਆ ਔਰ ਉਹਨਾਂ ਦੀ ਜ਼ਮਾਨਤ ਨਹੀਂ ਹੋਈ ਬੜੀ ਦੇਰ ਤੱਕ ਔਰ ਇੱਕ ਅਫਸਰ ਦਾ ਧਿਆਨਤ ਵੀ ਹੋ ਚੁੱਕਾ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਇੱਕ ਡਾਇਰੈਕਟਰ ਨੂੰ ਇਸੇ ਮਹਿਕਮੇ ਦੇ ਨੂੰ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਉਹਦੇ ਪਿਤਾ ਦੀ ਧਿਆਨਤ ਹੋਇਆ ਸੀ ਉਸ 25 ਸੈਕਟਰ ਵਿੱਚ ਉਹਦਾ ਸਸਕਾਰ ਹੋ ਰਿਆ ਸੀ ਜਦੋਂ ਸਸਕਾਰ ਕਰਕੇ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਜਾਨੀ ਆਪਣੀ ਘਰ ਵੱਲ ਜਾ ਰਿਹਾ ਸੀ ਤਾਂ ਪੰਜਾਬ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੇ ਉਹਨੂੰ ਉੱਥੋਂ ਅਰੈਸਟ ਕਰਕੇ ਕਾਰ 'ਚ ਪਾਇਆ ਤਾਂ ਉਸ ਨੂੰ ਮੁੜ ਕੇ ਨਹੀਂ ਛੱਡਿਆ ਸੋ ਇੱਕ ਪਾਸੇ ਤਾਂ ਭਗਵੰਤ ਮਾਨ ਦੀ ਸਰਕਾਰ ਦੀ ਇਹ ਹਾਲਤ ਹੈ ਕਿ ਉਹ ਜਿਹੜੇ ਅਫਸਰ ਆਈਐਸ ਨਹੀਂ ਹੈਗੇ ਉਹਨਾਂ ਨੂੰ ਆਪਣੇ ਪਿਤਾ ਦੇ ਅੰਤਮ ਜਾਣੀ ਕਿ ਉਹਨਾਂ ਦਾ ਜਿਹੜਾ ਸੰਸਕਾਰ ਦਾ ਸਥਾਨ ਹੈ ਉਥੋਂ ਵੀ ਚੁੱਕਣ ਦੀ ਆਗਿਆ ਦਿੱਤੀ ਹੋਈ ਹੈ ਦੂਜੇ ਪਾਸੇ ਨਲੀਮਾ ਜੀ ਔਰ ਕੇਪੀ ਸਿਨਾ ਸਾਹਿਬ ਔਰ ਵਰਨ ਰੋਜਮ ਇਹ ਸਭ ਆਈਐਸ ਅਫਸਰਾਂ ਇਹਨਾਂ ਉੱਪਰ ਨਹੀਂ ਹੋ ਸਕਦਾ ਭ੍ਰਿਸ਼ਟਾਚਾਰ ਦਾ ਦੋਸ਼ ਲਗਿਆ ਵੀ ਹੋਵੇ ਇਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕਰ ਸਕਦਾ ਪਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਭਗਵੰਤ ਮਾਨ ਜੀ ਨੂੰ ਜਾਂ ਚੀਫ ਸੈਕਟਰੀ ਸਾਹਿਬ ਨੂੰ ਭੁਲੇਖਾ ਹੋਵੇਗਾ ਕਿਉਂਕਿ ਇਹ ਜਿਹੜੀ ਭ੍ਰਿਸ਼ਟਾਚਾਰ ਦਾ ਦੋਸ਼ ਹੈ ਇਸ ਦੀ ਫਾਈਲ ਸੀਬੀਆਈ ਈਡੀ ਕੋਲ ਵੀ ਭੇਜ ਸਕਦੀ ਹੈ ਔਰ ਇਸ ਕੇਸ ਵਿੱਚ ਈਡੀ ਨੇ ਵੀ ਆਪਣੀ ਦਿਲਚਸਪੀ ਦਿਖਾਈ ਹੈ ਤੇ ਕਾਫੀ ਡਾਕੂਮੈਂਟ ਇਕੱਠੇ ਕੀਤੇ ਤੋ ਈਡੀ ਨੂੰ ਪਰਮਿਸ਼ਨ ਲੈਣ ਦੀ ਕੋਈ ਆਗਿਆ ਨਹੀਂ ਹੁੰਦੀ ਹੁਣ ਲਲੀਮੀ ਰੀਨੋ ਦਾ ਪਤੀ ਵੀ ਆਇਆ ਐ ਐਸ ਅਫਸਰ ਐ ਸੋ ਸਾਰੇ ਆਇਆ ਐਸ ਅਫਸਰ ਇਕੱਠੇ ਹੋ ਕੇ ਤੇ ਚੀਫ ਮਨਿਸਟਰ ਦੇ ਕੋਲ ਪੇਸ਼ ਹੋ ਗਏ ਉਹਨਾਂ ਦੀ ਜਿਹੜੀ ਆਈਐਸ ਆਫੀਸਰ ਐਸੋਸੀਏਸ਼ਨ ਹੈ ਉਹਦੇ ਜਿਹੜੇ ਵੀਨੂ ਗੋਪਾਲ ਜੀ ਪ੍ਰੈਜ਼ੀਡੈਂਟ ਸਨ ਉਹ ਵੀ ਨਾਲ ਗਏ ਉਹ ਪ੍ਰਿੰਸੀਪਲ ਸੈਕਟਰੀ ਵੀ ਸਨ ਚੀਫ ਮਨਿਸਟਰ ਦੇ ਤੇ ਉਥੇ ਉਹਨਾਂ ਨੇ ਕਿਹਾ ਵੀ ਇਸ ਕੇਸ ਵਿੱਚ ਇੱਕ ਨੁਕਸ ਹੈ ਕਿ ਵਿਜੀਲੈਂਸ ਬਿਊਰੋ ਨੇ ਪਰਮਿਸ਼ਨ ਨਹੀਂ ਲਈ ਸਰਕਾਰ ਤੋਂ ਉਹਨਾਂ ਨੂੰ ਅਰੈਸਟ ਕਰਨ ਦੀ ਵਿਜੀਲੈਂਸ ਬਿਊਰੋ ਦਾ ਸਟੈਂਡ ਸੀ ਕਿ ਪਰਮਿਸ਼ਨ ਦੀ ਕੋਈ ਲੋੜ ਹੀ ਨਹੀਂ ਉਹਨਾਂ ਨੇ ਕਈ ਆਪਣੇ ਇਸ ਸਬੰਧ ਵਿੱਚ ਸੁਪਰੀਮ ਕੋਰਟ ਦੀਆਂ ਰੂਲਿੰਗ ਕੋਰਟ ਕੀਤੀਆਂ ਕਈ ਹੋਰ ਫੈਸਲੇ ਕੋਰਟ ਕੀਤੇ ਪਰ ਖੈਰ ਜਿੱਥੇ ਮੁੱਖ ਮੰਤਰੀ ਦੀ ਮਰਜ਼ੀ ਨਹੀਂ ਸੀ ਕਿਉਂਕਿ ਆਈਐਸ ਆਈਏਐਸ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਬਲੈਕਮੇਲ ਕਹਿ ਲਿਆ ਕੱਲ ਆ ਬਈ ਇਕੱਠੇ ਹੋ ਕੇ ਚਲੇਗੇ ਜੀ ਇਹ ਕੋਰ ਨਿਆਂ ਹੋ ਗਿਆ ਇਹ ਜਿਹੜਾ 6700 ਕਰੋੜ ਰੁਪਏ ਦਾ ਇਸ ਵੋਮਨ ਆਈਐਸ ਵਿਸ਼ਵਿਦਾਨ ਨੇ ਪੰਜਾਬ ਸਰਕਾਰ ਦਾ ਨੁਕਸਾਨ ਕੀਤਾ ਉਹਦੀ ਜਿਮਬਾਰੀ ਵੀ ਨਹੀਂ ਨਿਸ਼ਚਿਤ ਕੀਤੀ ਗਈ ਅਜੇ ਤੱਕ ਅਤੇ ਇਹ ਕੇਸ ਖੁੱਡੇ ਲਾਈਨ ਯਾਨੀ ਥੱਡੇ ਬਸਤੇ ਵਿੱਚ ਪਾ ਦਿੱਤਾ ਤੇ ਵਿਜੀਲੈਂਸ ਇਸ ਤੇ ਇਸ ਤੋਂ ਬਾਅਦ ਕੋਈ ਇਨਕੁਆਇਰੀ ਵੀ ਨਹੀਂ ਕਰ ਰਿਹਾ ਪਰ ਜਿਹੜੇ ਬਾਕੀ ਦੇ 6 ਅਫਸਰ ਸੀ ਉਹ ਬੜੇ ਲੰਮੇ ਸਮੇਂ ਜੇਲ੍ਹ ਚ ਰਹੇ ਕਈਆਂ ਦੀਆਂ ਜਮਾਨਤਾਂ ਹੋਈਆਂ ਕਈਆਂ ਦੀ ਨਹੀਂ ਔਰ ਮਨਿਸਟਰ ਵੀ ਅਰੈਸਟ ਹੋਇਆ ਤਾਂ ਤੁਸੀਂ ਇਸ ਕਰਕੇ ਮੈਂ ਕਹਿ ਰਿਹਾ ਕਿ ਵੀ ਇਹ ਜਿਹੜੀ ਇਹ ਸਰਕਾਰ ਦੀ 도ਗਲੀ ਨੀਤੀ ਹੈ ਭ੍ਰਿਸ਼ਟਾਚਾਰ 바ਦੇ ਉਹਦੀ ਇੱਕ ਬਹੁਤ ਵੱਡੀ ਮਿਸਾਲ ਹੈ ਜਿਹੜੀ ਕਿ ਜਨਤਾ ਨੂੰ ਹੁਣ ਪਤਾ ਲੱਗੇਗੀ ਪਰ ਮੈਂ ਅੰਤ ਵਿੱਚ ਫਿਰ ਇਹ ਕਹਿਣਾ ਕਿ ਇਹ ਜਿਹੜੇ ਕਰਪਟ ਅਫਸਰ ਹਨ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਬੱਕਰੇ ਦੀ ماں ਕਦ ਤੱਕ ਖੈਰ ਮਨਾਏਗੀ ਇਹ ਹੁਣ ਬਚ ਨਹੀਂ ਸਕਦੇ ਕਿਉਂਕਿ ਜਿਹੜਾ ਦਿੱਲੀ ਦਾ ਸਕੈਮ ਹੈ ਉਹਦੀ ਇਨਵੈਸਟੀਗੇਸ਼ਨ ਈਡੀ ਕਰ ਰਹੀ ਹੈ ਜੇਕਰ ਸੀਬੀਆਈ ਨੂੰ ਇਨਕੁਆਇਰੀ ਵਿੱਚ ਸਹਿਯੋਗ ਦੇਣ ਤੋਂ ਇਹਨਾਂ ਨੇ ਸਰਕਾਰ ਤੋਂ ਨਾ ਕਰਵਾ ਦਿੱਤੀ ਹੈ ਆਈਐਸ ਅਫਸਰਾਂ ਦੀ ਲੌਬੀ ਨੇ ਤਾਂ ED ਨੂੰ ਪਰਮਿਸ਼ਨ ਦੀ ਕੋਈ ਲੋੜ ਨਹੀਂ ED ਸਿੱਧਾ منی ਲਾਂਡਰਿੰਗ ਦਾ ਕੇਸ ਰਜਿਸਟਰ ਕੀਤਾ ਹੋਇਆ ਉਹਨਾਂ ਨੇ ਜਿਸ ਵਿੱਚ ਤੁਹਾਨੂੰ ਪਤਾ ਹੈ ਉਹਨਾਂ ਦਾ ਵਿੱਤੀ ਚੀਫ ਮਿਨਿਸਟਰ ਵੀ ਅੰਦਰ ਹੈ ਤੇ ਉਹਨਾਂ ਦਾ ਰਾਜ ਸਵਾ ਮੰਂਦਰ ਵੀ ਅੰਦਰ ਹੈ ਤੇ ਚਾਰ ਸ਼ੀਟ ਵੀ ਪੇਸ਼ ਹੋ ਗਈ ਹੈ ਇਹਨਾਂ ਲਈ ਕੋਈ ਵੀ ਦਿਨ ਅਚਨਚੇਤੀ ਪੈੜਾ ਸਾਬਤ ਹੋ ਸਕਦਾ ਹੈ ਇਸ ਚਰਚਾ ਨੂੰ ਮੈਂ ਇਸ ਸਮਾਪਤ ਕਰਦਾ ਹੂੰ ਉਮੀਦ ਕਰਦਾ ਇਹ ਤੁਹਾਨੂੰ ਪਸੰਦ ਆਏਗੀ ਤੁਸੀਂ ਇਸ ਵੀਡੀਓ ਨੂੰ ਆਪਣੇ ਮਿੱਤਰਾਂ ਸਬੰਧੀਆਂ ਨਾਲ ਤੇ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀ ਕਰੋ ਅਤੇ ਮੇਰੇ ਆਪ ਜੀ ਨੂੰ ਗੁਜਾਰਿਸ਼ ਹੈ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਇਹਨੂੰ ਫੇਸਬੁੱਕ ਉੱਪਰ ਵੀ ਲਾਈਕ ਕਰੋ ਅਤੇ ਫਾਲੋ ਕਰੋ ਤਾਂ ਜੋ ਜੋ ਅਜਾਤ ਪੱਤਰਕਾਰੀ ਹੈ ਉਸ ਦੀ ਹੌਸਲਾ ਅਫਜ਼ਾਈ ਹੋਵੇ ਧੰਨਵਾਦ ਸਾਥਰੀਆ